इस वेले दी वड्डी खबर जिला फतेहगढ़ साहिब च पैंदे मंडी गोबिंदगढ़ दे पिंड नसराली दे दो सके भरावां नाल संबंधित आ रही है, जिथे परिवार दे देखदे देखदे ही दोवें भाखड़ा नहर च रुड़ गए अते बेबस परिवार अपने जीआं नूं भाखड़ा च रुड़दा देख कुछ भी करन तों असमर्थ रहे। नौजवानां दे परिवारिक मैंबरां कोलों मिली जानकारी मुताबक नहर च छाल मारन वाले नौजवान किरणजीत सिंह ने पिंड जंडाली नहर ते पुल ते पहुंच के उन्हां नूं फोन कीता अते मिलन दी इच्छा जाहिर कीती अते जदों उसदी माता ते उसदे होर परिवारिक मैंबर नहर ते पहुंचे तां किरणजीत ने नहर च छाल मार दिती, जिस नूं बचाउण दी कोशिश करदे चचेरे भरा पवित्र सिंह ने भी मगर ही अपने भरा नूं बचाउण लई छाल मार दिती ते नहर च तेज पानी दे वहा करके दोवें ही रुड़ गए। सो एक बार फिर दस दिए कि इस वेले दी वड्डी खबर फतेहगढ़ साहिब दे मंडी गोबिंदगढ़ दे पिंड नसराली तो आ रही है, जिथों दे दो चचेरे भरा नहर दे विच रुड़ गए। मौके ते पहुंचे पुलिस अधिकारी ने दस्या कि नौजवानां दी गोताखोरा राही भाल करवाई जा रही है। गलत घर च तां कोई भी नहीं होई जी। हां जी, सवेरे उठिया जी 6 बजे। हां जी, फोन आया सवेरे 6 बजे। मैनूं कहिंदा डैडी जी भी फोन, मैं क्या भी फोन वजदा पुत्त? कहिंदा डैडी जी मैं फोन सुन के आया जी। फोन चक के जी कोठे ते चलिया गया, कोठे तो उतर के आया। मैं की गल पुत्त, किहदा फोन ती? कहिंदा घबराया जिहा होया सी। कहिंदा डैडी जी कोई फोन नहीं थी, तुसीं जाना जाओ काम ते, नहीं मैनूं एक मिनट लई मिल के जायो जी। बस जी, फिर नहा के जद निकले आया, मैनूं कहिंदा डैडी जी भी हल्का जिहा तू हो गया। मैं कोई गल नहीं पुत्त। कहिंदा चंगा डैडी जी, बस तैनूं मिलना ही सीगा। ਵੀ ਚੰਗਾ ਕੋਈ ਗੱਲ ਨੀ ਡੈਡੀ ਜੀ, ਵਾਹ ਕਹਿ ਕੇ ਜੀ ਚਲਿਆ ਗਿਆ। ਮੈਂ ਕੰਮ ਤੇ ਚਲਿਆ ਗਿਆ ਜੀ। ਬਾਕੀ ਉਦੋਂ ਬਾਅਦ 1 ਵਜੇ ਫੋਨ ਆਇਆ ਮੈਨੂੰ ਤਾਂ ਜੀ ਆਹ ਗੱਲ ਜੀ, ਹੋਰ ਕੋਈ ਘਰ ਨੀ ਗੱਲ ਤੋਂ। ਕਿੱਥੇ ਇੰਸੀਡੈਂਟ ਹੋਇਆ ਜੀ? ਇਹ ਜੀ ਆਹ ਜੰਡਾਲੀ ਹੋਇਆ ਜੀ, ਜੰਡਾਲੀ ਆ ਕੇ ਨਹਿਰ ਚ ਮਾਰੀ ਜੀ ਸਾਹਿਬ। ਪਹਿਲਾਂ ਕਿਹਨੇ ਮਾਰੀ ਜੀ? ਪਹਿਲਾਂ ਜੀ ਕਿਰਨਜੀਤ ਸਿੰਘ ਨੇ ਮਾਰੀ ਆ ਜੀ। ਭਤੀਜਾ ਸਾਡਾ ਜੀ ਉਹਨੂੰ ਬਚਾਉਣ ਲੱਗਿਆ, ਉਹਦੀ ਮੰਮੀ ਵੀ ਆਈ ਆ ਜੀ ਘਰੋਂ ਦੇਖਣ ਬਈ ਪੁੱਤ ਕੀ ਗੱਲ ਹੋ ਗਈ। ਆਪਣੀ ਮੰਮੀ ਨੂੰ ਦੇਖ ਕੇ ਬਾਹਰ ਕਰਕੇ ਜੀ ਸਾਲ ਮਾਰ। ਭਤੀਜਾ ਜੀ ਉਹਨੂੰ ਬਚਾ ਰਿਹਾ ਸੀਗਾ ਜੀ, ਰੱਸੀ ਫੜਾ ਰਿਹਾ, ਭਤੀਜਾ ਵੀ ਨਾਲੇ ਗਿਰ ਗਿਆ ਜੀ। ਹਾਂ ਜੀ, ਮੁੜ ਕੇ ਜੀ ਬੜੀ ਦੂਰ ਤੱਕ ਗੱਭੇ ਗਏ ਨੇ ਜੀ, ਗੱਭੇ ਡੁੱਬ ਗਏ ਜੀ ਕਿਲੋਮੀਟਰ ਤੇ ਜਾ ਕੇ। ਉਹਨੇ ਦੱਸਿਆ ਵੀ ਮੈਂ ਨਹਿਰ ਤੇ ਖੜਾ ਜੀ? ਹਾਂ ਜੀ, ਉਹਨੇ ਦੱਸਿਆ ਜੀ ਆਪਣੀ ਮੰਮੀ ਨੂੰ ਜੀ, ਵੀ ਆਪਣੇ ਦੋਸਤ ਨੂੰ ਦੱਸਿਆ ਵੀ ਮੈਂ ਨਹਿਰ ਤੇ ਖੜਾ, ਵੀ ਮੋਟਰਸਾਈਕਲ ਲੈ ਜਾਓ, ਮੋਬਾਈਲ ਲੈ ਜਾਓ ਮੇਰਾ ਆ ਕੇ, ਵੀ ਮੈਨੂੰ ਮਾੜਾ ਜਿਹਾ ਮਿਲਣਾ, ਮੰਮੀ ਨੂੰ ਮਿਲਾ ਦੀ। ਉਹ ਨਾਲ ਆਈ ਆ ਜੀ, ਜਦ ਥੋੜਾ ਜਿਹਾ ਕੋਲ ਆਈ ਆ, ਬਸ ਜਦੇ ਸਾਲ ਮਾਰੀ ਜੀ ਆਪਣੀ ਮੰਮੀ ਦੇ। ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਇੱਦਾਂ ਕਰਕੇ, ਜਿਹੜਾ ਡੇਰਾ ਮੀਰ ਮੀਰਾ ਨਹਿਰ ਦੇ ਪੁੱਲ ਦੇ ਉੱਤੇ ਇੱਕ ਲੜਕਾ ਕਿਰਨਜੀਤ ਸਿੰਘ ਆ, ਸਨ ਆਫ ਪਰਮਜੀਤ ਸਿੰਘ, ਇਹਦੀ ਏਜ ਜਿਹੜੀ ਆ 26 ਸਾਲ ਦੱਸਦੇ ਨੇ। ਸੈਕਿੰਡ ਵਨ ਪਵਿੱਤਰ ਸਿੰਘ ਆ, ਸਨ ਆਫ ਕਰਮਜੀਤ ਸਿੰਘ, ਅਤੇ ਨਹਿਰ ਦੇ ਵਿੱਚ ਛਾਲ ਮਾਰਦੀ ਇਹਨਾਂ ਨੇ। ਪਹਿਲਾਂ ਮੁੰਡਾ ਜਦੋਂ ਛਾਲ ਮਾਰੀ ਉਹ ਡੁੱਬ ਰਿਹਾ ਸੀ, ਤਾਂ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਬਟ ਪਾਣੀ ਦਾ ਬਹੁਤ ਤੇਜ਼ ਹੈ, ਉਹ ਵੀ ਜਿਹੜਾ ਬਾਹਰ ਨਹੀਂ ਆ ਸਕਿਆ। ਠੀਕ ਹੈ ਜੀ, ਹੁਣ ਜੋ ਇਹ ਬਿਆਨ ਲਿਖਾਉਣਗੇ ਇਹਦੇ ਵਾਰਸ ਅਕੋਰਡਿੰਗ ਟੂ ਲਾਅ ਉੱਤੇ ਕਾਰਵਾਈ ਕਰਾਂ। ਗੋਤਾਖੋਰ ਲੱਭ ਰਹੇ ਨੇ ਜੀ? ਗੋਤਾਖੋਰਾਂ ਨੂੰ ਜਿਹੜੇ ਹੈ ਪ੍ਰਾਈਵੇਟ, ਉਹਨਾਂ ਨੂੰ ਅਸੀਂ ਅਰੇਂਜ ਕਰਾ ਰਹੇ ਹਾਂ ਜੀ, ਜੋ ਬੈਸਟ ਜੋ ਵੀ ਹੋਇਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ। ਹਕੀਕਤ ਟੀਵੀ ਪੰਜਾਬੀ ਲਈ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਤਿਵਾਣਾ ਦੀ ਰਿਪੋਰਟ।